श्रोमणी अकाली दल के जिला फतेहगढ़ साहिब के प्रधान जगदीप सिंह चीमा की अगवाई विच पंजाब दे राजपाल दे नाम डिप्टी कमिश्नर नूं मंग पत्र सौंपया गया। पंजाब दे गंभीर मुद्दे नूं लैके मंग पत्र सौंपया गया जिस दे विच बिजली समस्या पूरी तरह डगमगाउणी, इस तों इलावा पेट्रोल दीआं वधदीआं कीमतां, रसोई गैस दीआं वधदीआं कीमतां ਤੇ ਹੋਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਮੰਗ ਪੱਤਰ ਸੌਂਪਿਆ ਗਿਆ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੀ ਆਪਣਾ ਟੈਕਸ ਕੱਟ ਕਰੇ। ਅੱਜ ਸਮੁੱਚੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰਸ ਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਡੀਸੀ ਹਰ ਜ਼ਿਲ੍ਹੇ ਦੇ ਡੀਸੀ ਸਾਹਿਬਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਸੰਬੰਧ ਵਿੱਚ ਇਹ ਜਿਹੜੇ ਦੋ ਮਹੀਨੇ ਦੀਆਂ ਕਾਰਜਕਾਰੀਆਂ ਨੇ ਗੌਰਮੈਂਟ ਦੀਆਂ, ਚਾਹੇ ਉਹ ਬਿਜਲੀ ਸੰਬੰਧੀ ਹੈ, ਚਾਹੇ ਅਮਨ ਕਾਨੂੰਨ ਦੇ ਸੰਬੰਧੀ ਹੈ, ਚਾਹੇ ਦਿੱਲੀ ਨਾਲ ਕੇਜਰੀਵਾਲ ਦੀ ਸਰਕਾਰ ਨਾਲ ਜੋ MOU ਸਾਈਨ ਕੀਤਾ ਉਸ ਸੰਬੰਧ ਵਿੱਚ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਮੈਮੋਰੈਂਡਮ ਰੂਲ ਦੇ ਵਿੱਚ ਗਵਰਨਰ ਅਤੇ ਗਵਰਨਰ ਦੇ ਥਰੂ ਪ੍ਰਾਈਮ ਮਿਨਿਸਟਰ ਤੱਕ ਇਹ ਜਿਹੜੇ ਕਾਰਜ ਹੈ ਇਹ ਪਹੁੰਚਾਏ ਜਾਣਗੇ। ਔਰ ਗੈਸ, ਪੈਟਰੋਲ, ਡੀਜ਼ਲ ਇਹ ਜਿਹੜੀਆਂ ਕੀਮਤਾਂ ਨੇ, ਬਿਜਲੀ ਸਪਲਾਈ ਘੱਟ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼ਾਮਲ ਨੇ। ਔਰ ਸਮੁੱਚੀ ਜਥੇਬੰਦੀ SGPC ਦੇ ਮੈਂਬਰ ਸਾਹਿਬਾਨ, ਹਲਕਾ ਇੰਚਾਰਜ, ਸਰਕਲ ਪ੍ਰਧਾਨ, ਅਸੀਂ ਸਾਰੇ ਹੀ ਇੱਥੇ ਆ ਕੇ ਅੱਜ ਇਹ ਮੈਮੋਰੈਂਡਮ ਹੈ ਜਿਹੜਾ DC ਸਾਹਿਬ ਨੂੰ ਦੇ ਰਹੇ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜੀ, ਕੋਰ ਕਮੇਟੀ ਦੇ ਸੰਦੇਸ਼ ਦੇ ਉੱਪਰ ਇਹ ਇੱਕ ਜੋ ਪੰਜਾਬ ਦੀ ਆਪਦੀ ਸਰਕਾਰ ਬਣੀ ਆ, ਜੋ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਸਰਕਾਰ ਬਣੀ ਅਤੇ ਸਰਕਾਰ ਵਾਧੂ ਭਾਈ ਜੀ ਦੇ ਭੱਜੀ, ਜਿਹਦੇ ਵਿੱਚ ਬਿਜਲੀ ਦੀ ਗੱਲ ਕਰ ਲਓ, ਅੱਜ ਬਹੁਤ ਮਾੜਾ ਹਾਲ ਹੈ ਸਾਰੇ ਪੰਜਾਬ 'ਚ, ਚਾਹੇ ਟਿਊਬਵੈੱਲ ਦੀ ਗੱਲ ਕਰ ਲਈ, ਚਾਹੇ ਘਰੇਲੂ ਬਿਜਲੀ ਦੀ ਗੱਲ ਕਰ ਲਈ, ਇੰਡਸਟਰੀ ਬਿਜਲੀ ਗੱਲ ਕਰ ਲਈਏ, ਤਾਂ ਉਹ ਵਾਰਨ ਤੋਂ ਸਰਕਾਰ ਭੱਜ ਗਈ। ਦੂਜੀ ਗੱਲ, ਕਿਸਾਨੀ ਜੋ ਗੜੇਮਾਰੀ ਹੋਈ ਆ ਪਿੱਛੇ ਜੇ, ਉਹਦੇ ਵਿੱਚ ਕਣਕ ਦੀ ਜੋ ਪੈਦਾਵਾਰ 'ਚ ਬਹੁਤ ਵੱਡੀ ਗਰਮੀ ਕਰਕੇ ਕਮੀ ਆਈ ਆ ਉਹਦੇ ਸੰਬੰਧੀ, ਅਤੇ ਜੋ ਅਮਨ ਅਤੇ ਕਾਨੂੰਨ ਦੀ ਵਿਵਸਥਾ ਪੰਜਾਬ 'ਚ ਵਿਗੜੀ ਹੋਈ ਆ ਉਹ ਤੋਂ ਸਰਕਾਰ ਨਾਕਾਮ ਆ ਜਮਾਂ। ਉਹ ਤੋਂ ਬਾਅਦ ਦਿੱਲੀ ਨਾਲ ਜੋ MOU ਸਾਈਨ ਕੀਤੇ ਨੇ, ਅੱਜ ਤੱਕ ਪੰਜਾਬ ਦੀ ਲੜਾਈ ਦਿੱਲੀ ਨਾਲ ਸਦਾ ਹੀ ਰਹੀ ਹੈ ਕਿ ਦਿੱਲੀ ਪੰਜਾਬ ਨਾਲ ਵੀ ਸਰਕਾਰ ਕਰਦੀ ਰਹਿੰਦੀ ਆ, ਅਤੇ ਸਾਡੀ ਇਸ ਨਵੀਂ ਸਰਕਾਰ ਬਣੀ ਸਰਕਾਰ ਨੇ ਆਪਣਾ ਸਾਰਾ ਕੁਛ ਦਿੱਲੀ ਦੇ ਹਵਾਲੇ ਕਰਤਾ ਅਤੇ ਅੱਜ ਪੰਜਾਬ ਸਰਕਾਰ, ਪੰਜਾਬ ਦਾ ਮੁੱਖ ਮੰਤਰੀ ਰਬੜ ਦੀ ਵੋਟ ਮੰਨ ਕੇ ਦਿੱਲੀ ਤੋਂ ਚੱਲ ਰਹੇ। ਸੋ ਦਿੱਲੀ ਨੇ ਸਾਰਾ ਪੰਜਾਬ ਦੇ ਨਾਲ ਲੋਕਾਂ ਨਾਲ ਘਰੋ ਕੀਤਾ, ਧਰੋਹ ਕੀਤਾ। ਸੋ ਇਸ ਸੰਬੰਧੀ ਵੱਖ ਵੱਖ ਮੁੱਦਿਆਂ ਦੇ ਉੱਪਰ ਸਾਰੀ ਜ਼ਿਲ੍ਹਾ ਜਥੇਬੰਦੀ ਵੱਲੋਂ ਸਾਰਾ ਜਗਦੀਪ ਚੀਮਾ ਜੀ, ਕਰਨੈਲ ਸਿੰਘ ਜੋੜੀ ਜੀ, ਭੁੱਟਾ ਸਾਹਿਬ, ਜਾਤਲ ਸਾਹਿਬ, ਸਾਡੇ ਖਾਲਸਾ ਜੀ ਮੈਂਬਰ SGPC, ਸਾਰੇ ਸਰਕਲ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਰੇ ਇਕੱਠੇ ਹੋ ਕੇ ਅਸੀਂ ਅੱਜ DC ਦੇ ਰਾਹੀਂ ਗਵਰਨਰ ਨੂੰ ਮੰਗ ਪੱਤਰ ਭੇਜ ਰਹੇ ਹਾਂ ਤਾਂ ਕਿ ਇਹ ਸਰਕਾਰ ਦੇ ਉੱਪਰ ਸਖਤੀ ਨਾਲ ਐਕਸ਼ਨ ਲਿਆ ਜਾਵੇ ਅਤੇ ਜੋ ਵਾਅਦੇ ਕਰਕੇ ਸਰਕਾਰ ਆਈ ਤੋਂ ਭੱਜਣ ਲੱਗ ਜਾਵੇ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਤੁਹਾਡੇ ਲਈ ਲੈ ਕੇ ਆਇਆ ਬੈਸਟ ਕੁਆਲਿਟੀ ਦੇ ਸਕਿਨ ਕੇਅਰ, ਫੇਸ, ਲਿਪਸ, ਆਈਜ਼, ਆਲ ਮੇਕਅਪ ਪ੍ਰੋਡਕਟ ਜੋ ਨੇ ਬਿਲਕੁਲ ਹਾਰਮਲੈਸ। ਸੋ ਤੁਸੀਂ ਆਪਣੇ ਨਜ਼ਦੀਕੀ ਸਟੋਰ ਤੇ ਜਾ ਕੇ ਇਹਨਾਂ ਪ੍ਰੋਡਕਟਸ ਨੂੰ ਬਾਏ ਕਰ ਸਕਦੇ ਹੋ ਜਾਂ ਫਿਰ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਹੈ www.fashioncolor.in। ਇਸ ਤੋਂ ਇਲਾਵਾ ਇੰਸਟਾ, ਨਾਇਕਾ, ਪਰਪਲ, ਜੀਓ ਮਾਰਟ ਜਾਂ ਫਿਰ ਫਲਿੱਪਕਾਰਟ, ਐਮਾਜ਼ਨ ਤੇ ਜਾ ਕੇ ਵੀ ਇਹਨਾਂ ਪ੍ਰੋਡਕਟਸ ਨੂੰ ਬਾਏ ਕਰ ਸਕਦੇ ਹੋ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।